ਹਾਂਜੀ ਜੀ, ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਮੇਰੇ ਪਿਆਰੇ ਭੈਣਾਂ ਬਾਈਓ, ਕੀ ਹਾਲ ਨੇ ਤੁਹਾਡੇ? ਉਮੀਦ ਕਰਨੀ ਹੈ ਠੀਕ ਹੋ। ਸਵਾਲ ਅਲਹਮਦੁਲਿਲਾ, ਅਸੀਂ ਵੀ ਠੀਕ ਠਾਕ ਹਾਂ। ਅਤੇ ਸਭ ਭੈਣਾਂ ਬਾਈਆਂ ਨੂੰ, ਸਭ ਮੁਸਲਮਾਨਾਂ ਨੂੰ ਜਿਹੜੇ ਇਸ ਮੁਲਕ 'ਚ ਬਾਹਰ ਮੁਲਕ 'ਚ, ਸਭ ਭੈਣਾਂ ਬਾਈਆਂ ਨੂੰ ਮੇਰੇ ਵੱਲੋਂ ਈਦ ਮੁਬਾਰਕ। ਅੱਲਾ ਪਾਕ ਤੁਹਾਡੀ ਸਭ ਦੀ ਈਦ ਖੁਸ਼ੀਆਂ ਨਾਲ ਨਿਭਾਵੇ। ਅੱਲਾ ਪਾਕ ਰੋਜ਼ੇ ਜਿਹੜੇ ਰੱਖੇ ਨੇ ਭੈਣਾਂ ਬਾਈਆਂ, ਉਹ ਵੀ ਅੱਲਾ ਪਾਕ ਕਬੂਲ ਕਰੇ ਅਤੇ ਅੱਲਾ ਪਾਕ ਇਬਾਦਤ ਵੀ ਕਬੂਲ ਕਰੇ। ਅਤੇ ਮੇਰੇ ਤਰਫ ਮੇਰੇ ਵੱਲੋਂ ਸਭ ਨੂੰ ਨਾ ਈਦ ਮੁਬਾਰਕ। ਅਤੇ ਜਿਹੜਾ ਬਾਕੀ ਹੈ ਨਾ ਬੱਚਿਆਂ ਵਗੈਰਾ ਨੂੰ, ਬੱਚਿਆਂ ਨੂੰ ਮੈਂ ਤਿਆਰ ਕਰਕੇ ਗੱਲ ਛੱਡਿਆ। ਅਤੇ ਹੁਣ ਜਿਹੜਾ ਨਾ ਮੈਨੂੰ ਆਪ ਨੂੰ ਭੁੱਖ ਲੱਗੀ, ਖਲੀ ਮੈਂ ਆਖਿਆ ਮੰਗਾ ਦਿਓ ਕੋਈ ਗੋਸ਼ਤ ਅਤੇ ਸਾਲਨ ਬਣਾ ਲਈਏ। ਹੁਣ ਮੈਂ ਬਣਾਵਾਂ ਸਾਲਨ, ਅਤੇ ਬਾਕੀ ਹੁਣ ਮੈਂ ਤੁਹਾਨੂੰ ਆਪਣੇ ਘਰ ਦਾ ਵਿਊ ਦੇਣੀ ਹੈ, ਜਿਹੜੀ ਮੈਂ ਆਪਣੇ ਘਰ ਦੀ ਸਫਾਈਆਂ ਕੀਤੀਆਂ ਨੇ। ਅਤੇ ਇੰਨੀ ਮਿਹਨਤ ਨਾਲ ਰਾਤ ਦੇ 12-12 ਵਜੇ ਤੱਕ, 1-1 ਵਜੇ ਤੱਕ ਲਿਪਾਈਆਂ ਕਰਦੀ ਰਹਿੰਦੀ ਰਹੀਆਂ। ਅਤੇ ਹੁਣ ਮਾਸ਼ਾਅੱਲਾ ਮੇਰਾ ਘਰ ਵਿੱਚ ਔਨ ਹੋ ਗਿਆ। ਹਾਂਜੀ, ਅਤੇ ਆ ਵੇਖੋ ਮਾਸ਼ਾਅੱਲਾ ਮੈਂ ਘਰ ਦੀ ਸਫਾਈ ਕੀਤੀ ਹੈ, ਗੋਹਾ ਮਾਰਿਆ, ਲਿਪਿਆ, ਸਾਰਾ ਵਿਹੜਾ ਲਿਪਿਆ ਹੈ। ਇੱਥੇ ਡੰਗਰ ਬਣਿੰਦੇ ਨੇ ਤਾਂ ਵਾਸਤੇ ਇੰਜੋਏ ਆਖਲਾ। ਅਤੇ ਬਾਕੀ ਜਿਹੜਾ ਨਾ ਆਹ ਮੈਂ ਰੰਗ ਸ਼ੰਗਲ ਮਾਰੀਏ ਰਾਤ ਦੇ 1-1 ਵਜੇ ਤੱਕ। ਮੈਂ 2-3 ਦਿਨ ਹੋ ਗਏ ਨੇ ਮੈਂ ਜਾ ਕੇ, ਅਤੇ ਆਪਦੇ ਨਾਲ ਘਰ ਦੀ ਸਫਾਈ ਕਰ ਲਈ, ਤਕਰੀਬਨ ਸਾਰੇ ਘਰ ਦੀ ਟੋਟਲ ਸਫਾਈ ਕੀਤੀ। ਅਤੇ ਸਾਲਨ ਜਿਹੜਾ ਹੈ ਨਾ ਉਹ ਉੱਤੇ ਮੈਂ ਰੱਖ ਛੱਡਿਆ, ਮਾਸ਼ਾਅੱਲਾ ਸਾਲਨ ਬਣ ਰਿਹਾ। ਅਤੇ ਉਹ ਜਿਹੜਾ ਬਰਤਨ ਹੈ ਨਾ, ਕਿਚਨ ਦਾ ਦਰਵਾਜ਼ਾ ਹੈ ਕੋਈ ਨਹੀਂ, ਅਤੇ ਨਾ ਬਰਤਨ ਢੱਕ ਛੱਡੇ ਨੇ। ਮੈਂ ਆਖਿਆ ਮੱਖੀਆਂ ਵਗੈਰਾ ਨਾ ਪਵੇ, ਦਰਵਾਜ਼ਾ ਹੋਵੇ ਤਾਂ ਚਲੋ ਬੰਦਾ ਬੰਦ ਕਰ ਲੈਂਦਾ। ਅਤੇ ਆਹ ਮੈਂ ਡਿਜ਼ਾਇਨ ਬਣਾਏ ਨੇ, ਅਗਰ ਸਭ ਭੈਣਾਂ ਬਾਈਆਂ ਨੂੰ ਪਸੰਦ ਆਵੇ ਤਾਂ ਮੈਨੂੰ ਦੱਸਿਆ ਜੀ ਜ਼ਰੂਰ। ਅਤੇ ਕਮਰੇ ਦੀ ਵੀ ਸਫਾਈ ਕੀਤੀ। ਹਾਂਜੀ, ਆਹ ਜਿਹੜਾ ਨਾ ਆਹ ਸੀਮੈਂਟ ਮੈਂ ਮਾਰਿਆ ਰਾਤ ਨੂੰ, ਅਤੇ ਆਹ ਥੋੜ੍ਹਾ ਜਿਹਾ ਜ਼ਿਆਦਾ ਲੱਗ ਗਿਆ, ਕਿਉਂਕਿ ਕੱਚੀ ਮਿੱਟੀ ਦੇ ਉੱਤੇ ਸੀਮੈਂਟ ਮਾਰਨਾ ਹੁੰਦਾ। ਆਹ ਥੋੜ੍ਹਾ ਜ਼ਿਆਦਾ ਲੱਗ ਗਿਆ, ਅਤੇ ਨਾਲੇ ਹਾਲੇ ਤਾਜ਼ਾ ਤਾਜ਼ਾ, ਅਤੇ ਅਗਾਂ ਵੀ ਸਾਰਾ ਸੀਮੈਂਟ ਲਾਇਆ। ਆਹ ਜਿਹੜਾ ਨਾ ਇੱਥੇ ਕੱਪੜੇ ਵਗੈਰਾ ਇਹਦੇ ਵਿੱਚ ਰੱਖ ਛੱਡੇ ਨੇ, ਮੈਂ ਕਿਹਾ ਚਲੋ ਇਹਦੇ ਵਿੱਚ ਹੀ ਪਏ ਰਸਨ ਕੱਪੜੇ। ਅਤੇ ਹਾਂਜੀ, ਇੱਟਾਂ ਜਿਹੜੀਆਂ ਨੇ ਇਹਨਾਂ ਨੂੰ ਮੈਂ ਰੰਗ ਮਾਰੀਏ ਸੁਰੱਖ, ਮੈਂ ਕਿਹਾ ਸੋਹਣੀਆਂ ਲੱਗਦੀਆਂ ਰਸਨ। ਅਤੇ ਆਹ ਜਿਹੜਾ ਲਾੜ ਹੈ ਨਾ, ਇਹ ਵੀ ਮੈਂ ਬਦਲ ਛੱਡੇ ਨੇ। ਅਤੇ ਮੈਨੂੰ ਸਭ ਭੈਣਾਂ ਬਾਈ ਮੈਨੂੰ ਦੱਸਿਆ ਵੀ ਮੇਰਾ ਘਰ ਤੁਹਾਨੂੰ ਕੈਸਾ ਪਸੰਦ ਆਇਆ, ਸਾਫ਼ ਸੁਥਰਾ ਹੋਇਆ ਹੈ ਜਾਂ ਨਹੀਂ ਹੋਇਆ। ਹਾਂਜੀ ਜੀ, ਅਤੇ ਹੁਣ ਅਸੀਂ ਜਾ ਰਹੇ ਹਾਂ ਗਾੜ ਆਖਿਆ ਅੱਬੂ ਕੋਲੋਂ ਹੋ ਆਵਾਂ, ਅੱਬੂ ਹੋਰਾਂ ਨੂੰ ਈਦ ਮੁਬਾਰਕ ਆਖਿਆ ਵੀ ਇੱਥੇ ਰਸਤੇ 'ਚ ਹਾਂ ਦਾਨਿਸ਼ ਹੈ ਸੋਬੀਆ। ਹਾਂਜੀ ਹਾਂਜੀ ਸੋਬੀਆ, ਈਦ ਮੁਬਾਰਕ, ਈਦ ਮੁਬਾਰਕ, ਬਾਜੀ ਜੀ ਈਦ ਮੁਬਾਰਕ, ਬਾਜੀ ਜੀ ਈਦ ਮੁਬਾਰਕ, ਈਦ ਮੁਬਾਰਕ। ਅੱਬੂ ਹੋਰਾਂ ਮੈਨੂੰ ਕੀ ਮੇਰੇ ਸਿਰ 'ਤੇ ਵੀ ਆ ਤਾਂ ਚਲੇ ਆ, ਅੱਬੂਆਂ ਦਾ ਵੀ ਸ਼ੁਕਰ ਹੈ ਤੂੰ ਆ ਗਈ ਹੈ, ਮੈਨੂੰ ਤਾਂ ਮਿਹਨਤ ਕੋਈ ਨਹੀਂ ਆਈ। ਮੈਂ ਅਸਲਾਮ ਅਲੈਕੁਮ, ਈਦ ਮੁਬਾਰਕ ਸਭ ਭੈਣ ਭਾਈਆਂ ਨੂੰ। ਅਤੇ ਮੈਂ ਆਖਿਆ ਵੀ ਨਹੀਂ ਮੈਂ ਆ ਤਾਂ ਗਈ ਹਾਂ, ਪਰ ਹਰ ਦੁਆ ਅੱਬੂ ਪਹਿਲਾਂ ਤਾਂ ਮੈਨੂੰ ਸਿਆਣੇ ਆ ਕੋਈ ਨਹੀਂ, ਅੱਬੂ ਆਖਿਆ ਤੂੰ ਕਿਹੜੀ ਹੈ ਕੌਣ ਹੈ, ਮੈਂ ਮੁੜ ਦੱਸਿਆ ਵੀ ਅੱਜ ਈਦ ਹੈ ਅਤੇ ਮੈਂ ਤੁਹਾਡੇ ਲਿਆਵਾਂ ਸੁੱਟੇ, ਜਿਹੜੀ ਹਰ ਵਕਤ ਜ਼ਿੱਦ ਕੀਤੀ ਹੋਈ ਹੁੰਦੀ ਹੈ ਵੀ ਮੈਨੂੰ ਦੁਆ ਨਾ ਵੀ ਕਦੇ ਜੂਸ ਲੈ ਦੇ, ਕਦੇ ਫਲਾਣੀ ਸ਼ਾਹ ਲੈ ਦੇ। ਘਰ ਵਿੱਚ ਵੀ ਇਹਨਾਂ ਨੂੰ ਦੂਸਰਾ ਨਾ ਸਾਲਨ ਰੋਟੀ ਵੀ ਬਣਾਇਆ, 2-3 ਚੀਜ਼ਾਂ ਹੋਰ ਵੀ ਬਣਾਈਆਂ ਨੇ, ਅਤੇ ਜੂਲਿਆਂ 'ਤੇ ਵੀ ਇਹਨਾਂ ਨੂੰ ਗਲਿਆ ਹੈ ਜਿਤਨੀਆਂ ਗੁੰਜਾਇਸ਼ਾਂ ਇਤਨਾ ਕੀਤਾ ਹੈ। ਅਤੇ ਬਾਕੀ ਜਿਹੜਾ ਹੈ ਨਾ ਅੱਲਾ ਪਾਕ ਦਾ ਸ਼ੁਕਰ ਹੈ, ਅਲਹਮਦੁਲਿਲਾ ਸੋਹਣੀ ਈਦ ਗੁਜ਼ਰ ਗਈ ਹੈ।
ਹਰ ਹਾਲ ਚ ਹੁੰਦਾ ਸੋਹਣੇ ਦੇ ਜਾਤ ਦਾ ਸ਼ੁਕਰ ਹੈ ਅੱਲਾ ਪਾਕ ਸਾਹਿਬ ਨੂੰ ਖੁਸ਼ ਰੱਖੇ ਤਬਾਦ ਰੱਖੇ ਸੋਫੀਆ ਬਹੁਤ ਜਿੱਦ ਕਰਦੀ ਹੈ ਸੋਫੀਆ ਨੂੰ ਆਪਦੀ ਆਂਟੀ ਦੀ ਦੁਕਾਨ ਵਿੱਚ ਚੀਜ਼ ਚਾਹ ਕੇ ਲਿਆਈ ਚਲੀ ਹੈ ਅਤੇ ਸੋਫੀਆ ਨੂੰ ਵੀ ਦੱਸਿਆ ਫਿਰ ਆਖੀ ਉਹ ਜੀ ਲੱਗਦੀ ਹੈ ਅੱਲਾ ਪਾਕ ਉਹਨਾਂ ਨੂੰ ਸੁੱਖ ਦੇਵੇ ਜਿੰਨਾ ਇਤਨਾ ਮਦਦ ਕੀਤੀ ਹੈ ਕਪੜਾ ਲਿਆ